ਇੱਕ ਪਾਸੇ ਰੋਟੀ ਤੇ ਇੱਕ ਪਾਸੇ ਕੜਾਈ। ਸਾਡੀ ਕੜਾਈ ਹੋ ਗਈ ਰੈਡੀ। ਚੱਲੇ ਆ ਧਨੀਆ ਵੀ ਕੱਟ ਕੇ ਸੁੱਟੋ, ਇੱਥੇ ਧਨੀਆ ਦਾ ਐਸਾ ਛਿੜਕਾਅ ਹੋਏ, ਆਹਾ ਸਵਾਦ ਆ ਜੇ। ਕਿਊਟ ਕਿਊਟ ਮਹਿਮਾਨ ਨਾ, ਇਹ ਸੁਬਹ ਦੇ ਆਏ ਥੇ ਨਾ ਵਿਚਾਰੇ, ਯੇ ਵੀ ਹਮਾਰੇ ਘਰ ਮਹਿਮਾਨ ਆਇਆ ਹੁਆ ਹੈ, ਯੇ ਛੋਟਾ ਮਹਿਮਾਨ ਆ ਸਾਡੇ ਘਰ ਆਏ ਦਾ, ਤੇ ਇੱਕ ਇਹ ਮਹਿਮਾਨ। ਮਹਿਮਾਨੋ ਕੋ ਬਹੁਤ ਸ਼ਰਮ ਆ ਰਹੀ ਹੈ, ਆਪਕੋ ਖੁਸ਼ਬੂ ਆ ਜਾਤੀ ਹੈ ਜਬ ਹਮ ਚੀਜ਼ ਪਕਾਤੇ ਹੈਂ, ਬੋਲੋ ਖੁਸ਼ਬੂ ਆ ਜਾਤੀ ਹੈ ਨਾ। ਆਜ ਮੇਰੇ ਪਿੱਛੇ ਨੀਚੇ ਯੇ ਛੋਟਾ ਮਹਿਮਾਨ ਯੇ ਆਇਆ ਔਰ ਯੇ ਮਹਿਮਾਨ ਆਇਆ, ਮਹਿਮਾਨ ਨਹੀਂ ਆਪ ਲੋ। ਮੈਂ ਦੇਖੋ ਜੀ ਰੋਟੀ ਬਣ ਰਹੀ ਹੈ, ਰੋਟੀ ਬੜੀ ਮਜ਼ੇ ਦੀ ਲੱਗ ਰਹੀ ਹੈ, ਅਤੇ ਇਹ ਸਾਡੀ ਮਲਾਈ ਬੋਟੀ ਆਲਮੋਸਟ ਰੈਡੀ ਹੋ ਚੁੱਕੀ ਹੈ, ਅਤੇ ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਤ ਵਸਲਾਮ ਅਲੈਕੇ ਆ ਸਈਦੀਆ ਰਸੂਲ ਅੱਲਾਹ ਵਾਲਾ ਅਲੀਕਾ ਸਾਹਿਬਿਕਾ ਯਾ ਸਈਦੀਆ ਹਬੀਬੁੱਲਾਹ। ਕੀ ਹਾਲ ਚਾਲ ਆ ਮੇਰੇ ਦੋਸਤੋ ਮਿੱਤਰੋ ਵੇਲੀਓ, ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ, ਅਤੇ ਅੱਲਾਹ ਤਾਲਾ ਦੀ ਖਾਸ ਰਹਿਮਤ ਅਤੇ ਕਰਮ ਅਤੇ ਫਜ਼ਲ ਅਤੇ ਸ਼ੁਕਰ ਦੇ ਨਾਲ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ। ਇਸ ਦੁਆ ਦੇ ਨਾਲ ਕਿ ਅੱਲਾਹ ਤਾਲਾ ਤੁਹਾਨੂੰ ਸਾਰੇ ਨੂੰ ਆਪਣੇ ਜ਼ਮਾਨ 'ਚ ਰੱਖੇ, ਅੱਲਾਹ ਤਾਲਾ ਮੈਨੂੰ ਵੀ ਆਪਣੇ ਜ਼ਮਾਨ 'ਚ ਰੱਖੇ, ਅਤੇ ਚੜ੍ਹਦੇ ਪੰਜਾਬ ਵਾਲਿਆਂ ਅਤੇ ਬਹਿੰਦੇ ਪੰਜਾਬ ਵਾਲਿਆਂ ਨੂੰ ਮੇਰਾ ਅਸਲਾਮ ਅਲੈਕੁਮ, ਅਤੇ ਅੱਜ ਦਾ ਵਲੋਗ ਕਰਨੇ ਹਾਂ ਸ਼ੁਰੂ। ਲੈਟਸ ਸਟਾਰਟ ਨਿਊ ਬ੍ਰੈਂਡ ਵਿਟੋ। ਅਲਹਮਦੁਲਿਲਾ ਜੀ ਸਤੰਬਰ ਦਾ ਮਹੀਨਾ ਸ਼ੁਰੂ ਹੋ ਗਿਆ, ਅਤੇ ਸਮਝ ਲਓ ਕਿ ਸਰਦੀਆਂ ਦਾ ਆਗਾਜ਼ ਸ਼ੁਰੂ ਹੋ ਗਿਆ, ਗਰਮੀ ਦਾ ਜਿਹੜਾ ਜ਼ੋਰ ਸੀ ਉਹ ਟੁੱਟ ਗਿਆ, ਬਾਰਿਸ਼ਾਂ ਬੁਰਸ਼ਾਂ ਕਾਫੀ ਹੋਈਆਂ ਸਾਡੇ ਇਲਾਕੇ ਦੇ ਵਿੱਚ, ਅਤੇ ਤੁਸੀਂ ਵੀ ਕਮੈਂਟਸ ਬੁਕਸ ਦੇ ਵਿੱਚ ਜ਼ਰੂਰ ਬਤਾਇਓ ਆਪਣੇ ਆਪਣੇ ਜਿੱਥੇ ਜਿੱਥੇ ਹੋਈ ਆ ਨਾ ਬਾਰਿਸ਼, ਕਮੈਂਟਸ ਬੁਕਸ ਜ਼ਰੂਰ ਬਤਾਇਓ। ਮੁਸਲਮ ਮੋਡਲ ਸਕੂਲ ਦੀ ਖੂਬਸੂਰਤੀ ਚੈੱਕ ਕਰੋ, ਕਿੰਨਾ ਖੂਬਸੂਰਤ ਮੰਜ਼ਰ ਮਾਸ਼ਾ ਅੱਲਾਹ, ਬਾਦਲ ਵੀ ਅੱਜ ਜਿਹੜੇ ਨਾ ਆਪਣੇ ਅਰੂਜ ਦੇ ਨਾ, ਬਹੁਤ ਜ਼ਿਆਦਾ ਧੁੱਪ ਵੀ ਨਹੀਂ ਹੈ ਗਰਮੀ ਵੀ ਨਹੀਂ ਹੈ, ਹਲਕੀ ਹਲਕੀ ਠੰਡੀ ਠੰਡੀ ਹਵਾ ਚੱਲਦੀ ਹੈ, ਬੜਾ ਪਿਆਰਾ ਮੌਸਮ ਬਣਿਆ ਹੋਇਆ ਸ਼ੱਕਰਗੜ੍ਹ ਦਾ ਜੀ, ਵਿਊ ਚੈੱਕ ਕਰੋ ਮਾਸ਼ਾ ਅੱਲਾਹ। ਅਸੀਂ ਪੜ੍ਹਨੇ ਹਾਂ ਨਮਾਜ਼, ਇਹ ਮਸਜਿਦ ਸਾਡੀ, ਹੁਣ ਪੜ੍ਹਨੇ ਹਾਂ ਨਮਾਜ਼ ਅਸੀਂ ਜ਼ੁਹਰ। ਅਲਹਮਦੁਲਿਲਾ ਜੀ ਨਮਾਜ਼ ਇਹ ਜ਼ੁਹਰ ਪੜ੍ਹ ਲਈ ਅਸੀਂ, ਅਤੇ ਹੁਣ ਚੱਲਦੇ ਹਾਂ ਘਰ, ਜ਼ੁਹਰ ਦਾ ਟਾਈਮ ਹੋ ਗਿਆ, ਖਾਣੇ ਦਾ ਟਾਈਮ ਵੀ ਹੋ ਗਿਆ, ਘਰ ਚੱਲਦੇ ਹਾਂ ਦੇਖਦੇ ਹਾਂ ਕੀ ਬਣਿਆ ਅੱਜ, ਫਿਰ ਤੁਹਾਡੇ ਨਾਲ ਵੀ ਕਰਨੇ ਹਾਂ ਸ਼ੇਅਰ। ਉਸ ਤੋਂ ਬਾਅਦ ਬਾਹਰ ਦਾ ਵਿਊ ਦੇਖੋ ਤੁਸੀਂ, ਮਾਸ਼ਾਅੱਲਾ ਬਦਲ ਹੋਇਆ ਪਿਆ ਜ਼ਬਰਦਸਤ, ਬਦਲ ਔਰ ਦਰਖਤ ਦੇਖੋ ਕਿੰਨੇ ਪਿਆਰੇ ਲੱਗ ਰਹੇ ਨੇ। ਅੱਜ ਮੌਸਮ ਕਾਫੀ ਅੱਛਾ ਹੈ ਕਿਉਂਕਿ ਕੱਲ੍ਹ ਬਾਰਿਸ਼ ਪਈ ਸੀ, ਦੋ ਤਿੰਨ ਦਿਨ ਹੋ ਗਏ ਲਗਾਤਾਰ ਬਾਰਿਸ਼ ਹੁੰਦੀ ਨੂੰ, ਅਤੇ ਮੌਸਮ ਕਾਫੀ ਕਾਫੀ ਹੱਦ ਤੱਕ ਬਿਹਤਰ ਹੋ ਚੁੱਕਿਆ, ਗਰਮੀ ਦੀ ਜਿਹੜੀ ਸ਼ਿੱਦਤ ਦੇਖੀ ਨਾ ਦੁਪਹਿਰ ਨੂੰ ਉਹ ਕੰਮ ਹੋ ਚੁੱਕੀ ਹੈ ਅਲਹਮਦੁਲਿਲਾ। ਇਹ ਹੁਣ ਤੁਸੀਂ ਦੇਖ ਲਓ ਦੁਪਹਿਰ ਦਾ ਟਾਈਮ ਹੈ ਅਤੇ ਧੁੱਪ ਨਹੀਂ ਹੈ, ਬਦਲ ਹੈ, ਇਸ ਵਜ੍ਹਾ ਤੋਂ ਐਸਾ ਲੱਗ ਰਿਹਾ ਕਿ ਬਿਲਕੁਲ ਸ਼ਾਮ ਦਾ ਟਾਈਮ ਹੋ ਗਿਆ ਜਾਂ ਅਸਰ ਦਾ ਟਾਈਮ ਹੋ ਗਿਆ, ਅਤੇ ਇਹ ਤੁਸੀਂ ਦੇਖ ਲਓ ਕਿੰਨਾ ਪਿਆਰਾ ਮੌਸਮ ਹੈ ਸਾਡੇ ਸ਼ਹਿਰ ਦਾ। ਆਪਣੀ ਮੋਟਰਸਾਈਕਲ ਦਾ ਕੰਮ ਕਰਵਾਉਣਾ ਯਾਰ, ਕਾਫੀ ਦਿਨ ਹੋ ਗਿਆ ਇਹਨੂੰ ਵਿਚਾਰੀ ਨੂੰ ਯਾਰ, ਦੇਖੋ ਜਵੇਦ ਭਾਈ ਦੀ ਮੋਟਰਸਾਈਕਲ ਹੈ, ਜਵੇਦ ਭਾਈ ਨੇ ਆਪਣੀ ਮੋਟਰਸਾਈਕਲ ਦੀ ਮੋਡੀਫਿਕੇਸ਼ਨ ਕਰਵਾਈ ਹੈ, ਦੇਖੋ ਕਿੰਨੀ ਪਿਆਰੀ ਲੱਗ ਰਹੀ ਆ। ਅਸੀਂ ਵੀ ਅੱਜ ਦਾ ਹੱਲ ਕਰਵਾਉਂਦੇ ਹਾਂ, ਇਹਦੀ ਚੂਣਕ ਛੂਣਕ ਕਰਵਾਉਂਦੇ ਹਾਂ, ਇਹਨੂੰ ਜ਼ਰਾ ਲਿਸ਼ਕਾਨੇ ਫਿਸ਼ਕਾਨੇ ਆ, ਤੇਲ ਸ਼ੇਲ ਚੇਂਜ ਕਰਵਾਉਂਦੇ ਹਾਂ, ਫਿਰ ਬਿਹਤਰੀਨ ਬਣ ਜਾਵੇਗੀ।
ਅਲਹਮਦੁਲਿਲਾ ਜੀ, ਘਰ ਆਉਂਦੇ ਮਿਲੇ ਆ ਪਕੌੜੇ ਗਰਮਾ ਗਰਮ, ਕ੍ਰਿਸਪੀ ਕ੍ਰਿਸਪੀ, ਅਤੇ ਨਾਲ ਰੋਟੀਆਂ ਜਵਾਨ ਨੇ ਖਾਧੀਆਂ ਦੋ, ਅਤੇ ਉੱਤੋਂ ਮਾਰਿਆ ਡਕਾਰ, ਅਤੇ ਹੁਣ ਚਲੀਏ ਅੱਗੇ ਪਾਸੇ ਨੂੰ ਆਪਣੇ ਮੁੱਲਾ ਯਾਰ ਦੇ ਕੋਲ। ਇਹ ਆਪਣੇ ਮੁੱਲਾ ਭਾਈ ਨੇ, ਅਤੇ ਹੁਣ ਇਹਨਾਂ ਕੋਲ ਬਹਿੰਦੇ ਹਾਂ, ਕੋਈ 10 ਮਿੰਟ ਸ਼ੁਕਰ ਮੇਲਾ ਲਾਉਂਦੇ ਹਾਂ। ਅਤੇ ਮੁੱਲਾ ਸਾਹਿਬ, ਦੁਕਾਨਾਂ ਕਾਹਨੂੰ ਨੰਗੀਆਂ ਕਰਤੀਆਂ ਸਾਰੀਆਂ ਜੀ? ਭਾਈ ਜੀ, ਇਹ ਸਭ ਦੁਕਾਨਾਂ ਜਿਹੜੀਆਂ ਨਾ ਮਿਜ਼ਾਇਲ ਚੌਂਕ ਚੋਂ ਉੱਤੋਂ ਸ਼ਟਰ ਸ਼ੁਟਰ ਸਾਰੇ ਨੰਗੇ ਕਰਾ ਦਿੱਤੇ ਗਏ ਨੇ। ਕਿੰਨੇ ਕਿੰਨੇ ਫੁੱਟ ਆ ਰਹੀ ਹੈ ਦੁਕਾਨਾਂ? ਇਹ ਮੁੰਡਾ ਜਿੱਥੋਂ ਤੱਕ ਬੈਠੇ ਦਾ ਨਾ ਸ਼ੇਖ ਸਾਹਿਬ, ਇੰਨੀਆਂ ਇੰਨੀਆਂ ਵਿੱਚ ਆ ਜਾਣੀਆਂ। ਸ਼ਮਾਰ ਰੋਡ ਦਾ ਹੋ ਗਿਆ, ਹੁਣ ਇਹਦਾ ਕੰਮ ਹੋਣਾ ਤਾਂ ਕਿ ਰੋਡ ਸਾਫ਼ ਹੋ ਜੇ। ਮੈਂ ਮੌਜੂਦ ਹਾਂ ਜੀ ਆਪਣੇ ਮੁੱਲਾ ਜਾਨੀ ਦੀ ਦੁਕਾਨ 'ਤੇ, ਅਤੇ ਅੱਜ ਅਸੀਂ ਇਰਾਦਾ ਕੀਤਾ ਕਿ ਸਾਰਾ ਬਲਾਗ ਜਿਹੜਾ ਨਾ ਪੰਜਾਬੀ ਦੇ ਵਿੱਚ ਵਧਾਉਣਾ, ਅਤੇ ਪੰਜਾਬੀ ਵਿੱਚ ਹੀ ਅੱਜ ਬਲਾਗ ਚੱਲੇਗਾ। ਸਾਰੇ ਦੋਸਤ ਭਰਾਵਾਂ ਦੀ ਫਰਮਾਇਸ਼ ਹੈ ਕਿ ਤੁਸੀਂ ਪੰਜਾਬੀ ਦੇ ਵਿੱਚ ਕਿਉਂ ਨਹੀਂ ਬਲਾਗ ਬਣਾਉਂਦੇ, ਅਤੇ ਅੱਜ ਆਪਾਂ ਪੰਜਾਬੀ ਦੇ ਵਿੱਚ ਹੀ ਬਲਾਗ ਬਣਾਉਣਾ ਇਨਸ਼ਾ ਅੱਲਾਹ। ਅਤੇ ਮੁੱਲਾ ਦੀ ਦੁਕਾਨ 'ਤੇ ਬੈਠੇ ਦੇ ਹਾਂ, ਗੱਪ ਸੱਪ ਮਾਰ ਰਹੇ ਹਾਂ, ਦੁਕਾਨਾਂ ਟੁੱਟ ਰਹੀਆਂ, ਮਜ਼ਾਇਲ ਚੌਂਕ ਤੋਂ ਲੈ ਕੇ ਅਤੇ ਦਰਮਾਨ ਰੋਡ ਪੂਰਾ ਹੀ ਦੁਕਾਨਾਂ 2-2, 3-3 ਫੁੱਟ ਕਹਿ ਰਹੇ ਨਾ ਕਿ ਟੁੱਟ ਜਾਣਗੀਆਂ। ਸ਼ਮਾਲ ਰੋਡ 'ਤੇ ਟੁੱਟ ਗਿਆ ਸਾਰਾ ਹੀ, 3 ਫੁੱਟ ਉੱਧਰੋਂ ਟੁੱਟੀਆਂ, 3 ਫੁੱਟ ਇੱਧਰੋਂ ਟੁੱਟੀਆਂ, ਅਤੇ ਇਨਸ਼ਾਅੱਲਾ ਉਮੀਦ ਕੀਤੀ ਜਾਂਦੀ ਹੈ ਕਿ ਇਹ ਵੀ ਟੁੱਟ ਜਾਣਗੀਆਂ ਅਤੇ ਰੋਡ ਸਾਡਾ ਖੁੱਲ੍ਹਾ ਹੋ ਜਾਵੇਗਾ। ਅਤੇ ਮੁੱਲਾਂ ਨੂੰ ਪੁੱਛਦੇ ਹਾਂ, ਅਤੇ ਮੁੱਲਾਂ ਦੇ ਖਿਆਲਾਂ ਦਾ ਇਜ਼ਹਾਰ ਸੁਣਦੇ ਹਾਂ ਕਿ ਮੁੱਲਾਂ ਕੀ ਕਹਿੰਦੇ। ਅੱਜ ਮੈਂ ਪੰਜਾਬੀ 'ਚ ਬਲਾਗ ਬਣਾ ਰਿਹਾ, ਸਾਰੇ ਦੋਸਤ ਭਰਾ ਕਹਿੰਦੇ ਹੈਗੇ ਯਾਰ ਪੰਜਾਬੀ 'ਚ ਬਲਾਗ, ਪੰਜਾਬੀ ਆ ਨਾ ਹੈਂ, ਪੰਜਾਬੀ ਫਿਰ ਮਾਦਰੀ ਜ਼ਬਾਨ ਆ ਨਾ। ਤੇ ਦੱਸੋ ਵੀ ਆਪਣੇ ਖਿਆਲਾਂ ਦਾ ਇਜ਼ਹਾਰ ਕਰੋ, ਕੀ ਟੁੱਟਣਗੀਆਂ ਦੁਕਾਨਾਂ ਕਿ ਨਹੀਂ ਟੁੱਟਣਗੀਆਂ, ਕੀ ਮਸਲਾ ਬਣ ਗਿਆ? ਮਸਲਾ ਯਾਰ ਠੀਕ ਆ, ਘੁੰਮ ਜੋ ਕਰ ਰਹੀ ਹੈ, ਬਿਹਤਰ ਕਰ ਰਹੀ ਹੈ। ਨਹੀਂ ਯਾਰ ਇਹ ਤਾਂ ਖਾਫੀ ਖੁੱਲ੍ਹਾ ਹੈ ਇੱਧਰੋਂ ਆ ਰੋਡ। ਨਹੀਂ ਅਜੇ ਤੱਕ ਕੋਈ ਨਿਸ਼ਾਨਦੇਹੀ ਕੋਈ ਨਹੀਂ ਕੀਤੀ ਅਜੇ। ਅੱਛਾ, ਲੇਕਿਨ ਇਹ ਵੀ ਕਹਿ ਰਹੇ ਨਾ ਕੋਈ 40 ਫੁੱਟ ਜਿਹੜਾ ਨਾ ਇਹਨੂੰ ਕਰਨਾ। ਇਹ ਕਿੰਨਾ ਫੁੱਟ ਹੋਣਾ ਰੋਡ ਇੱਥੋਂ ਲੈ, ਇਸ ਦੁਕਾਨ ਤੋਂ ਲੈ ਕੇ ਉਸ ਦੁਕਾਨ ਤੱਕ? 40 ਫੁੱਟ ਬਣਦਾ। ਇਸ ਦੁਕਾਨ ਲੈ ਕੇ ਉੱਥੇ ਤੱਕ ਕਿੰਨਾ ਬਣਦਾ? 39 ਬਣਦਾ, 5 ਫੁੱਟ ਗੈਪ ਹੁੰਦੀ ਹੈ, 5 ਫੁੱਟ ਉੱਤੇ, 2.5 ਫੁੱਟ ਉੱਧਰੋਂ ਅਤੇ 2.5 ਫੁੱਟ ਇੱਧਰੋਂ। ਨਹੀਂ ਇੱਕ ਸਾਈਡ ਕਹਿ ਦੇਣਾ ਜੀ। ਅੱਛਾ, ਕਰਦੇ ਲਓ ਜੀ। ਮੁੱਲਾਂ ਨਾਲ ਗੱਪ ਸ਼ੱਪ ਮਾਰਨ ਤੋਂ ਬਾਅਦ ਅਸੀਂ ਸਿੱਧਾ ਮੋਟਰਸਾਈਕਲ ਦੀ ਦੁਕਾਨ 'ਤੇ ਆਏ ਹਾਂ। ਇੱਥੇ ਸਾਡਾ ਭੱਟੀ, ਭੱਟੀ ਸਾਡਾ ਘੈਂਟ ਕਾਰੀਗਰ ਹੈ ਮੋਟਰਸਾਈਕਲਾਂ ਸਹੀ ਕਰਨ ਦਾ, ਅਤੇ ਇਹਦੇ ਕੋਲ ਕਰਵਾਉਂਦੇ ਆਪਣੀ ਮੋਟਰਸਾਈਕਲ ਸਹੀ। ਅਤੇ ਸੂਰਜ ਥੋੜ੍ਹਾ ਜਿਹਾ ਗਰੂਬ ਹੋ ਰਿਹਾ, ਮਗਰ ਉਹਦਾ ਟਾਈਮ ਹੋਣ ਵਾਲਾ। ਅਤੇ ਜਿਹੜਾ ਨਾ ਥੱਲੇ ਟਫ ਟਾਇਲ ਲਗਾਈ ਹੋਈ ਆ, ਬਿਹਤਰੀਨ ਬਾਜ਼ਾਰ ਖੁੱਲ੍ਹਾ ਖੁੱਲ੍ਹਾ ਜਿਹਦੀ ਵਜ੍ਹਾ ਤੋਂ ਲੱਗਦਾ। ਅਤੇ ਆਪਣੀ ਮੋਟਰਸਾਈਕਲ ਇਹ ਰਹੀ, ਭੱਟੀ ਉਹਨਾਂ ਨੇ ਖੋਲ੍ਹ ਖੋਲ੍ਹ ਦਿੱਤੀ ਆ, ਅਤੇ ਇਹਦੀ ਟਿਊਨਿੰਗ ਸ਼ਿਊਨਿੰਗ ਕਰਾਉਂਦੇ ਹਾਂ, ਤੇਲ ਸ਼ੇਲ ਚੇਂਜ ਕਰਾਉਂਦੇ ਹਾਂ, ਅਤੇ ਅਲਹਮਦੁਲਿਲਾ ਜ਼ਬਰਦਸਤ ਹੋ ਜਾਏਗੀ ਮੋਟਰਸਾਈਕਲ ਸਾਡੀ। ਲਓ ਜੀ, ਨਮਾਜ਼ ਪੜ੍ਹੀ ਆ ਮਗਰਬ ਦੀ, ਅਤੇ ਹੁਣ ਬਦਲ ਕਿਸੇ ਟਾਈਮ 'ਤੇ ਵੀ ਆ ਸਕਦੇ ਨੇ। ਅਤੇ ਚੱਲਦੇ ਹਾਂ ਭੱਟੀ ਕੋਲ, ਦੇਖਦੇ ਹਾਂ ਮੋਟਰਸਾਈਕਲ 'ਤੇ ਕੀ ਸੂਰਤ ਹਾਲ ਹੈ, ਮੋਟਰਸਾਈਕਲ ਕਿੰਨਾ ਕੰਮ ਰਹਿ ਗਿਆ। ਲਓ ਜੀ, ਭੱਟੀ ਦੇ ਕੋਲ ਅਸੀਂ ਆਏ ਹਾਂ, ਅਤੇ ਮੋਟਰਸਾਈਕਲ ਸਾਡੀ ਰੈਡੀ ਹੈ। ਹੁਣ ਮੋਟਰਸਾਈਕਲ ਅਸੀਂ ਸਭ ਕੁਛ ਕੰਮ ਇਹਦਾ ਹੋ ਗਿਆ, ਅਤੇ ਆਪਾਂ ਚੱਲਦੇ ਹਾਂ ਹੁਣ ਘਰ ਨੂੰ ਵਾਪਸ। ਕਿਊਟ ਕਿਊਟ ਮਹਿਮਾਨ ਹੈ, ਇਹ ਸੁਬਹ ਦੇ ਆਏ ਥੇ ਨਾ ਵਿਚਾਰੇ, ਇਹ ਵੀ ਹਮਾਰੇ ਘਰ ਮਹਿਮਾਨ ਆਇਆ ਹੋਇਆ, ਇਹ ਛੋਟਾ ਮਹਿਮਾਨ ਆ ਸਾਡੇ ਘਰ ਆਏ ਦਾ, ਅਤੇ ਇੱਕ ਇਹ ਮਹਿਮਾਨ ਮੇਰੇ ਵੇਲੀਓ, ਅਤੇ ਮੇਰੇ ਮਿੱਤਰੋ, ਅਤੇ ਮੇਰੇ ਵਿਊਵਰਸ, ਮੈਂ ਹੁਣ ਨਹਾ ਧੋ ਕੇ ਫਰੈਸ਼ ਹੋਇਆ, ਅਤੇ ਹੁਣ ਮੈਂ ਲੱਗਾ ਪਕਾਉਣ, ਮਲਾਈ ਕੋਟੀ ਕੜਾਈ, ਕੜਾਈ ਖਾਂਦੇ ਹਾਂ, ਤੁਹਾਨੂੰ ਦੱਸਦੇ ਹਾਂ ਕੜਾਈ ਕਿਸ ਤਰ੍ਹਾਂ ਬਣਦੀ ਹੈ, ਅਤੇ ਨਾਲ ਚਸਕੇ ਮਸਕੇ ਲਾਉਂਦੇ ਹਾਂ। ਅਤੇ ਅੱਜ ਸਾਡੇ ਘਰ ਛੋਟੇ ਛੋਟੇ ਲਿਟਲ ਮਹਿਮਾਨ ਵੀ ਆਏ ਦੇ ਨੇ, ਉਹਨਾਂ ਨਾਲ ਵੀ ਤੁਹਾਨੂੰ ਤਵਾਰਫ ਕਰਾਉਂਦੇ ਹਾਂ। ਸਾਡੇ ਘਰ ਮਹਿਮਾਨ ਆਏ ਦੇ ਨੇ, ਇਹ ਮਹਿਮਾਨ ਹਮਾਰੇ ਘਰ ਆਏ ਹੋਏ ਹੈ, ਆਪਕੋ ਖੁਸ਼ਬੂ ਆ ਜਾਤੀ ਹੈ ਜਬ ਹਮ ਚੀਜ਼ ਬਣਾਤੇ ਹੈਂ, ਬੋਲੋ ਖੁਸ਼ਬੂ ਆ ਜਾਤੀ ਹੈ, ਹਮ ਕਿਆ ਬਣਾ ਰਹੇ ਹੈਂ?
ਔਰ ਯੇ ਮੇਰੇ ਪਿੱਛੇ ਨੀਚੇ ਯੇ ਛੋਟਾ ਮਹਿਮਾਨ ਯੇ ਆਯਾ ਔਰ ਯੇ ਮਹਿਮਾਨ ਆਯਾ ਮਹਿਮਾਨ ਨਹੀਂ ਆਪ ਲੋਕ ਮਹਿਮਾਨ ਹਮਾਰੇ ਹੱਸ ਰਹੇ ਹੈ ਬਹੁਤ ਜ਼ਿਆਦਾ ਇਨਕੋ ਖਿਲਾਤੇ ਹੈ ਕਿਆ ਖਾਣਾ ਆਪਣੇ ਮਲਾਈ ਮਲਾਈ ਬੋਟੀ ਸਾਡੀ ਰੈਡੀ ਹੋ ਰਹੀ ਹੈ ਉਸ ਤੋਂ ਪਹਿਲੇ ਦੇਖੋ ਜੀ ਦਹੀਂ ਭੱਲੇ ਬਣ ਗਏ ਨਾ ਅਤੇ ਇਹ ਬੜੇ ਜ਼ਬਰਦਸਤ ਲੱਗ ਰਹੇ ਨਾ ਅਤੇ ਮਲਾਈ ਬੋਟੀ ਦਾ ਵੀ ਸੂਰਤ ਹਾਲ ਦੇਖਦੇ ਹਾਂ ਕਿੱਥੇ ਤੱਕ ਪਹੁੰਚੀ ਹੈ ਉਹ ਵੀ ਤੁਹਾਡੇ ਨਾਲ ਕਰਨੇ ਹਾਂ ਸ਼ੇਅਰ ਅਤੇ ਪਰਾਹੁਣੇ ਦੇਖੋ ਬੇਚੈਨ ਹੋ ਗਏ ਨਾ ਵਿਚਾਰੇ ਖਾਣ ਵਾਸਤੇ ਮਾਸ਼ਾਅੱਲਾ ਜੀ ਰੋਟੀਆਂ ਹੋ ਰਹੀਆਂ ਤਿਆਰ ਗਰਮ ਗਰਮ ਰੋਟੀਆਂ ਅਤੇ ਨਾਲ ਹੈ ਜੀ ਮੱਖਣ ਕੜਾਹੀ ਬੜੀ ਬਿਹਤਰੀਨ ਲੱਗ ਰਹੀ ਹੈ ਵਾਈਟ ਕੜਾਹੀ ਇਹਦਾ ਰੰਗ ਵੈਸੇ ਤਾਂ ਵਾਈਟ ਹੀ ਹੈ ਥੋੜ੍ਹਾ ਜਿਹਾ ਇਹਨੂੰ ਮਿਕਸ ਕਰਾਂਗੇ ਤਾਂ ਫਿਰ ਜ਼ਿਆਦਾ ਵਾਈਟ ਹੋਏਗਾ ਜ਼ਬਰਦਸਤ ਲੁੱਕ ਦੇਖੋ ਜੀ ਕੜਾਹੀ ਦੀ ਲੁੱਕ ਚੈੱਕ ਕਰੋ ਇੱਕ ਪਾਸੇ ਰੋਟੀ ਅਤੇ ਇੱਕ ਪਾਸੇ ਕੜਾਹੀ ਸਾਡੀ ਕੜਾਹੀ ਹੋ ਗਈ ਰੈਡੀ ਅਤੇ ਹੁਣ ਰੋਟੀ ਫਿਰ ਖਾਂਦੇ ਹਾਂ ਅਤੇ ਇੰਜੋਏ ਕਰਦੇ ਹਾਂ ਗੈਸ ਦੇਖ ਕੇ ਯਾਰ ਚਲਾਇਆ ਰਹੋ ਧਨੀਆ ਵੀ ਪਾਉਣਾ ਵਿੱਚ ਹਲੇ ਆਹ ਧਨੀਆ ਵੀ ਕੱਟ ਕੇ ਸੁੱਟੋ ਅਤੇ ਧਨੀਆ ਦਾ ਐਸਾ ਛਿੜਕਾਅ ਹੋਏ ਆਹਾ ਸਵਾਦ ਆ ਜੇ ਕੜਾਹੀ ਜਿਹੜੀ ਸਾਡੀ ਉਹ ਬਿਲਕੁਲ ਰੈਡੀ ਹੋ ਚੁੱਕੀ ਹੈ ਅਤੇ ਸਭ ਤੋਂ ਪਹਿਲੇ ਦਹੀਂ ਭੱਲੇ ਥੋੜ੍ਹੇ ਜਿਹੇ ਪਾਉਂਦੇ ਹਾਂ ਇਹ ਹੈਗੇ ਦਹੀਂ ਭੱਲੇ ਕਟੋਰੀ 'ਚ ਅਤੇ ਇਹਦਾ ਇੱਕ ਲੈਂਦੇ ਹਾਂ ਨਵਾਲਾ ਅਤੇ ਚੈੱਕ ਕਰਦੇ ਹਾਂ ਕੈਸੀ ਹੈ ਵਾਹ ਜੀ ਵਾਹ ਜ਼ਬਰਦਸਤ ਜ਼ਬਰਦਸਤ ਆ ਜੀ ਜ਼ਬਰਦਸਤ ਹੈ ਦਹੀਂ ਭੱਲੇ ਤਾਂ ਬੜੇ ਕਮਾਲ ਦੇ ਨਾ ਜ਼ਬਰਦਸਤ ਹੋ ਗਿਆ ਅਤੇ ਹੁਣ ਇੰਤਜ਼ਾਰ ਆ ਸਾਨੂੰ ਕੜਾਹੀ ਦਾ ਜਿਹੜੀ ਵਾਈਟ ਕੜਾਹੀ ਬਣਾਈ ਹੈ ਅਤੇ ਉਹ ਖਾਂਦੇ ਹਾਂ ਅਤੇ ਫਿਰ ਰਿਵਿਊ ਦਿੰਦੇ ਹਾਂ ਤੁਹਾਨੂੰ ਫਿਰ ਦੱਸਣੇ ਹਾਂ ਕੈਸੀ ਬਣੀ ਇਹ ਮੇਰੀ ਫਾਰਮਾ ਤੋਂ ਬੁਖਾਰ ਅੱਜ ਬੁਖਾਰ ਹੋ ਗਿਆ ਮੇਰੀ ਫਾਰਮਾ ਹੋ ਗਿਆ ਮੇਰੀ ਫਾਰਮਾ ਕੋਲ ਬੁਖਾਰ ਹੋ ਗਿਆ ਬੁਖਾਰ ਹੋ ਗਿਆ ਮੇਰੀ ਫਾਰਮਾ ਬਹੁਤ ਬਾਏ ਬਾਏ ਕਰੋ ਬਾਏ ਬਾਏ ਕਰੋ ਸਭ ਤੋਂ ਬਾਏ ਬਾਏ ਕਰੋ ਅਸੀਂ ਐਸੇ ਬਾਏ ਬਾਏ ਕਰੋ ਪਹਿਲੇ ਬਾਏ ਬਾਏ ਕਰੋ ਪਹਿਲੇ ਚੁੰਮ ਕਰੋ ਚੁੰਮ ਕਰੋ ਬਾਬਾ ਬਾਬਾ ਚੁੰਮ ਕਰੋ ਬਾਬਾ ਚੁੰਮ ਕਰੋ ਪਹਿਲੇ ਬਾਬਾ ਚੁੰਮ ਕਰੋ ਅਲਹਮਦੁਲਿਲਾ ਜੀ ਸਾਡੀ ਵਾਈਟ ਕੜਾਹੀ ਤਿਆਰ ਹੋ ਗਈ ਜੇ ਵਾਈਟ ਕੜਾਹੀ ਤਿਆਰ ਹੋ ਗਈ ਆ ਤੇ ਹੁਣ ਇਹਨੂੰ ਖਾਂਦੇ ਆ ਤੇ ਮਜ਼ੇ ਕਰਦੇ ਮਾਸ਼ਾਅੱਲਾ ਮਾਸ਼ਾਅੱਲਾ ਅਲਹਮਦੁਲਿਲਾ ਅਲਹਮਦੁਲਿਲਾ ਕੜਾਹੀ ਦੇਖੋ ਜੀ ਜ਼ਬਰਦਸਤ ਬਣੀ ਆ ਇਹ ਬਣਾਈ ਤੇ ਮੇਰੀ ਛੋਟੀ ਸਿਸਟਰ ਨੇ ਲੇਕਿਨ ਕਮਾਲ ਦੀ ਬਣੀ ਆ ਜ਼ਬਰਦਸਤ ਤੇ ਇਹ ਮੈਂ ਬਾਇਓ 'ਚ ਲਿੰਕ ਦੇ ਦਿਆਂਗਾ ਇਹਦੀ ਰੈਸਪੀ ਦਾ ਤੁਸੀਂ ਵੀ ਬਣਾਓ ਅਤੇ ਆਪਣੇ ਫੈਮਿਲੀ ਨਾਲ ਇੰਜੋਏ ਕਰੋ ਇਹ ਹੁਣ ਮੈਂ ਲੈਣਾ ਨਵਾਲਾ ਇੱਕ ਅਤੇ ਇਹ ਟੇਸਟ ਕਰਨਾ ਫਿਰ ਦੇਖਣਾ ਕਿ ਕੈਸੀ ਬਣੀ ਆ ਵਾਹ ਜ਼ਬਰਦਸਤ ਮਜ਼ਾ ਆ ਗਿਆ ਅਲਹਮਦੁਲਿਲਾ ਅਲਹਮਦੁਲਿਲਾ ਬਹੁਤ ਜ਼ਬਰਦਸਤ ਬਣੀ ਆ ਜ਼ਬਰਦਸਤ 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 ਤੁਸੀਂ ਵੀ ਆਪਣੀ ਫੈਮਿਲੀ ਦੇ ਵਿੱਚ ਕੜਾਹੀ ਬਣਾਓ ਅਤੇ ਖਾਓ ਅਤੇ ਇੰਜੋਏ ਕਰੋ ਅਲਹਮਦੁਲਿਲਾ ਜੀ ਕੜਾਹੀ ਅਸੀਂ ਖਾ ਲਈ ਫਿਨਿਸ਼ ਕਰ ਦਿੱਤੀ ਸਾਫ ਸੁਥਰੀ ਕਰ ਦਿੱਤੀ ਹੁਣ ਆਪਾਂ ਕਰ ਰਹੇ ਹਾਂ ਵਲੌਗ ਅਪਲੋਡ ਅਤੇ ਨਾਲ ਇਹ ਖਾ ਰਹੇ ਹਾਂ ਤੁਹਾਨੂੰ ਮੈਂ ਚੈੱਕ ਕਰਾਉਣਾ 1 2 3 ਯੇ ਨਾਲ ਅਸੀਂ ਖਾ ਰਹੇ ਹਾਂ ਮਿੱਠੇ ਚੂਸਾਂਗੇ ਅਤੇ ਜਿਹਨੇ ਜਿਹਨੇ ਚੂਸਣੇ ਆ ਜਾਓ ਯਾਰ ਜੇ ਬੈੱਡ ਕੀ ਚਾਦਰ ਕਾ ਹੋ ਰਹੀ ਹੈ ਸੇਮ ਸੇਮ ਕਲਰ ਹੋ ਇੱਧਰ ਮੈਂ ਵਲੌਗ ਅਭੀ ਅਪਲੋਡ ਕਰ ਰਿਹਾ ਹਾਂ ਮਿੱਠੇ ਚੂਸਣੇ ਦਾ ਆਪਣਾ ਹੀ ਸਵਾਦ ਹੈ ਜਿਹੜੀ ਕੜਵਾਹਟ ਹੁੰਦੀ ਹੈ ਨਾ ਉਹਦਾ ਮਜ਼ਾ ਜਿਹਨੂੰ ਬੁਖਾਰ ਹੋਏ ਜਿਹਨੂੰ ਨਜ਼ਲਾ ਹੋਏ ਜ਼ੁਕਾਮ ਹੋਏ ਟਾਈਫਾਇਡ ਹੋਏ ਉਹ ਮਿੱਠੇ ਚੂਸੇ ਗਰਮੀਆਂ ਦਾ ਬਿਹਤਰੀਨ ਰੂਪ
ਕਿੱਦਾਂ ਦਾ ਲੱਗਿਆ ਸਾਡਾ ਅੱਜ ਪੰਜਾਬੀ 'ਚ ਵਲਾਗ? ਕੋਸ਼ਿਸ਼ ਕੀਤੀ ਹੈ ਕਿ ਪੂਰਾ ਪੰਜਾਬੀ 'ਚ ਵਲਾਗ ਬਣਾਇਆ ਜਾਏ, ਇਨਸ਼ਾਅੱਲਾ ਲੋਕ ਵੀ ਪਿਆਰ ਦੇਣਗੇ, ਲਾਈਕ ਕਰਨਗੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ, ਅਤੇ ਫਿਰ ਪੰਜਾਬੀ 'ਚ ਹੀ ਬਣਾਵਾਂਗੇ ਆਪਾਂ ਵਲਾਗ ਨਾ। ਬਾਕੀ ਅੱਜ ਦੀ ਵੀਡੀਓ ਦਾ ਇੱਥੇ ਹੀ ਇਖਤਾਮ ਕਰਦੇ ਹਾਂ, ਖਤਮ ਕਰ ਦਿੰਦੇ ਹਾਂ ਵੀਡੀਓ ਨੂੰ। ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਜਲਦੀ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ, ਅਤੇ ਇੱਕ ਮਜ਼ੀਦ ਅੱਛੀ ਵੀਡੀਓ ਲੈ ਕੇ ਆਵਾਂਗੇ, ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਹੁਣ ਦੀ ਵੀਡੀਓ ਦਾ ਇੱਥੇ ਕਰਨੇ ਹਾਂ ਇਖਤਾਮ, ਅਤੇ ਮੈਨੂੰ ਦਿਓ ਇਜਾਜ਼ਤ। ਤੁਹਾਡਾ ਹੋਸਟ ਆਸਫ ਯੂਨਸ ਸਦੀਕੀ, ਅਤੇ ਆਪਣਾ ਬਹੁਤ ਬਹੁਤ ਸਾਰਾ ਖਿਆਲ ਰੱਖਿਓ, ਅਤੇ ਮੇਰੇ ਚੈਨਲ ਦਾ ਵੀ ਬਹੁਤ ਬਹੁਤ ਸਾਰਾ ਖਿਆਲ ਰੱਖਣਾ, ਇਹਨੂੰ ਸਬਸਕ੍ਰਾਈਬ ਕਰਨਾ ਔਰ ਇਹਨੂੰ ਲਾਈਕ ਕਰਨਾ, ਔਰ ਵੀਡੀਓ ਅਗਰ ਅੱਛੀ ਲੱਗੇ ਤਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਨਾ ਅੱਗੇ ਤੁਸੀਂ ਸ਼ੇਅਰ ਕਰੋ, ਤਾਂ ਕਿ ਮੈਨੂੰ ਮੋਟੀਵੇਸ਼ਨ ਪੈਦਾ ਹੋਏ। ਤੁਸੀਂ ਮੇਰਾ ਸਾਥ ਦਿਓਗੇ ਤਾਂ ਮੇਰਾ ਚੈਨਲ ਗਰੋ ਕਰੇਗਾ, ਅਤੇ ਅਲਹਮਦੁਲਿਲਾ ਮੇਰਾ ਸਬਸਕ੍ਰਾਈਬਰ ਕੰਪਲੀਟ ਨਾ, ਮੇਰਾ ਚੈਨਲ ਵੀ ਮੋਨੀਟਾਈਜ਼ ਹੋ ਜਾਏਗਾ ਜਲਦੀ ਇਨਸ਼ਾਅੱਲਾ, ਅੱਲਾ ਦੇ ਹੁਕਮ ਦੇ ਨਾਲ, ਤੁਹਾਡੇ ਭਰਾਵਾਂ ਦੀਆਂ, ਭੈਣਾਂ ਦੀਆਂ, ਯਾਰਾਂ ਦੀਆਂ, ਦੋਸਤਾਂ ਦੀਆਂ ਦੁਆਵਾਂ ਦੇ ਨਾਲ, ਤੁਹਾਡੇ ਦੇ ਨਾਲ। ਅਤੇ ਅੱਜ ਦੀ ਵੀਡੀਓ ਦਾ ਕਰਨੇ ਹਾਂ ਇਖਤਾਮ, ਅੱਲਾ ਤਾਲਾ ਤੁਹਾਨੂੰ ਸਭ ਨੂੰ ਆਪਣੇ ਜ਼ੁਬਾਨ ਵਿੱਚ ਰੱਖੇ, ਅੱਲਾ ਤਾਲਾ ਮੈਨੂੰ ਵੀ ਆਪਣੇ ਜ਼ੁਬਾਨ ਵਿੱਚ, ਆਪਣਾ ਬੜਾ ਬਹੁਤਾ ਸਾਰਾ ਖਿਆਲ ਰੱਖਿਓ, ਅਤੇ ਮੇਰੇ ਇਸ ਚੈਨਲ ਦਾ ਵੀ। ਅਤੇ ਮਿਲਣੇ ਅਗਲੀ ਵੀਡੀਓ ਦੇ ਵਿੱਚ, ਤਬ ਤੱਕ ਲਈ ਹੈ ਜਿਹੜਾ ਨਾ ਅੱਲਾ ਹਾਫਿਜ਼, ਰੱਬ ਰਾਖਾ।